ਓਏ ਜਗ ਦੀਆ ਚਾਨਣਾ, ਜਗ ਦੀਆ ਚਾਨਣਾ, ਤੂੰ ਮੁਖ ਨਾ ਲਕਾਵੇ, ਨਾਨਕੀ ਨੂੰ ਮਾਨ ਤੇਰਾ ਤ੍ਰਿਪਤਾ ਨੂੰ ਚਾਵੇ, ਨਾਨਕੀ ਨੂੰ ਮਾਨ। ਸ਼ੇਰ ਸਿੰਘ ਦੇ ਘਰ ਕਿੰਨੀਆਂ ਹੀ ਸੁੱਖਾਂ ਤੋਂ ਬਾਅਦ ਮੁੰਡਾ ਹੋਇਆ ਸੀ। ਕਦੇ ਖੁਸਰੇ ਨੱਚ ਗਏ, ਕਦੇ ਕੋਈ ਮੰਗਤਾ, ਕੋਈ ਸੇਵਾ ਵਾਲੇ। ਜਾਂ ਫਿਰ ਪਿੰਡ ਦੀ ਪੰਚਾਇਤ, ਸ਼ੇਰ ਸਿੰਘ ਸਾਰਿਆਂ ਦੀਆਂ ਝੋਲੀਆਂ ਭਰਦਾ ਜਾਂਦਾ। ਸਮਾਂ ਬੀਤਦਾ ਗਿਆ। ਉਹ ਲਿਆ ਪੁੱਤ, ਮੈਂ ਪਾ ਕੇ ਦੇਵਾਂ। ਬਾਬੂ ਮੈਨੂੰ ਬੂਟ ਤਾਂ ਲਿਆ ਦੇ। ਉਹ ਕੋਈ ਨਾ ਪੁੱਤ, ਪੈਸੇ ਆ ਜਾਂਦੇ, ਤੈਨੂੰ ਬੂਟ ਵੀ ਲਿਆ ਦੂੰ। ਦੂਜਿਆਂ ਵਾਰੇ ਪੈਸੇ ਹੈਗੇ, ਮੇਰੇ ਵਾਰੇ ਪੈਸੇ ਹੀ ਹੈ ਨਹੀਂ। ਨਾ ਪੁੱਤ, ਨਾ ਮੇਰਾ ਸ਼ੇਰ। ਸਿਆਣਿਆਂ ਕਿਹਾ, ਚਾਦਰ ਦੇਖ ਕੇ ਪੈਰ ਪਸਾਰਨੇ ਚਾਹੀਦੇ ਨੇ, ਪਰ ਸ਼ੇਰ ਸਿੰਘ ਨੇ ਆਪਣੀ ਔਕਾਤ ਨਾਲੋਂ ਜ਼ਿਆਦਾ ਕਰਜ਼ਾ ਚੁੱਕ ਲਿਆ ਸੀ। ਫਿਰ ਬੈਂਕ ਵਾਲਿਆਂ ਦੇ ਨਾਲੇ ਦੇ ਗੇੜੇ ਵਧਣੇ ਸ਼ੁਰੂ ਹੋ ਗਏ। ਹੈਗਾ ਘਰੇ ਟਰੈਕਟਰ ਦੀਆਂ ਕਿਸ਼ਤਾਂ ਨਾ ਉਤਾਰ ਸਕਿਆ, ਬੈਂਕ ਵਾਲੇ ਟਰੈਕਟਰ ਲੈ ਗਏ। ਮੰਮੀ, ਪਾਪਾ ਆਪਣਾ ਟਰੈਕਟਰ ਕੌਣ ਲੈ ਗਿਆ? ਉਹ ਤਾਂ ਉਹਨਾਂ ਦਾ ਸੀ ਪੁੱਤ। ਤੇ ਅਖੀਰ ਉਹ ਦਿਨ ਆ ਹੀ ਗਿਆ। ਸ਼ੇਰਿਆ, ਆ ਫਸਲ ਰੱਖ ਕੇ ਵੀ ਤੇਰੇ ਇੰਨੀ 5 ਲੱਖ ਓਵੀਂ ਖੜਾ। ਲਾਲਾ, ਸਾਰੇ ਪੈਸੇ ਮੁੰਡੇ ਦੀ ਛੱਟੀ ਤੇ ਲਾ ਕੇ ਸਾਰੀ ਕਣਕ ਘਰੇ ਹੀ ਰੱਖ ਲਈ, ਇੱਕ ਦਾਣਾ ਨਹੀਂ ਦਿਖਾਇਆ। ਦੇਖ ਵੀ ਸ਼ੇਰਿਆ, ਜੋ ਮੈਂ ਕਰ ਸਕਦਾ ਸੀ ਉਹ ਮੈਂ ਕੀਤਾ। ਲਿਆ ਵੀ ਮੁੰਡਿਆ, ਕੱਢ ਕਾਗਜ਼। ਤੇ ਲਾਲਾ ਜ਼ਮੀਨ ਵੀ ਆਪਣੇ ਨਾਂ ਕਰਵਾ ਗਿਆ। ਇੰਨਾ ਸਭ ਕੁਝ ਹੋਣ ਦੇ ਬਾਵਜੂਦ ਵੀ ਸ਼ੇਰ ਸਿੰਘ ਕਰਜ਼ਾ ਨਾ ਉਤਾਰ ਸਕਿਆ। ਪਾਪਾ, ਆਪਣੀਆਂ ਮੱਝਾਂ ਵੀ ਲੈ ਜਾਣਗੇ? ਆਪਣੀਆਂ ਮੱਝਾਂ ਵੀ ਲੈ ਜਾਣਗੇ? ਨਹੀਂ ਪੁੱਤ। ਮੈਨੂੰ ਬੂਟ ਨਾ ਲਿਆ ਕੇ ਦਿਓ, ਫਿਰ ਤਾਂ ਨਹੀਂ ਲੈ ਕੇ ਜਾਂਦੇ। ਹਨਾ ਪਾਪਾ, ਹਨਾ ਮੰਮੀ। ਸੌ ਜਾ ਪੁੱਤ।
ਬਸ ਆਹੀ ਸੀ ਜੀ, ਇਹ ਵੀ ਗਿਆ। ਹੁਣ ਰੋਟੀ ਕੌਣ ਦਿਉ ਜਵਾਕ ਨੂੰ? ਹੁਣ ਵਾਹਿਗੁਰੂ ਦੇ ਸਹਾਰੇ ਆ ਸੱਚੇ ਪਾਤਸ਼ਾਹ ਦੇ। ਨਹੀਂ ਅੰਕਲ ਜੀ, ਐ ਨਾ ਕਹੋ ਜੀ, ਮੇਰੀ ਬੇਬੇ ਨੇ ਬਹੁਤ ਲੋਕਾਂ ਨੂੰ ਕਣਕ ਦਿੱਤੀ ਆ, ਉਹ ਮੈਨੂੰ ਆ ਕੇ ਰੋਟੀ ਦੇਣਗੇ। ਦੁਨੀਆਂ ਦਾ ਆ ਨਦਾਤਾ ਅੱਜ ਵਿੱਚ ਫਿਕਰਾਂ ਦੇ, ਹੋਰਾਂ ਲਈ ਨੇ ਕਲੀਆਂ ਖੁਦ ਵਿੱਚ ਕਿੱਕਰਾਂ ਦੇ, ਭੁੱਖੇ ਟਿੱਡੀ ਨਾਲ ਵੋਟਾਂ ਦੇ ਲਾੜ ਲੜਾਉਂਦਾ ਏ, ਦੁਨੀਆਂ ਨੂੰ ਰਿਜਕ ਪਚਾਵਣ ਵਾਲੇ ਦੇ ਨਾ ਖੁਦ ਨੂੰ ਅੰਨ ਦਾ ਟੁਕੜਾ ਲਿਆਉਂਦਾ। ਦੁਨੀਆਂ ਦਾ ਆ ਨਦਾਤਾ ਅੱਜ ਵਿੱਚ ਫਿਕਰਾਂ ਦੇ, ਦੁਨੀਆਂ ਦਾ ਆ ਨਦਾਤਾ। Thank you.